ਇੱਕ ਸੀਮੈਂਟ ਸਟੋਰ ਦੇ ਉੱਤੇ 50,000 ਰੁਪਏ ਦੀ ਚੋਰੀ ਕੀਤੀ ਗਈ ਹੈ। ਹਾਲਾਂਕਿ ਬਜ਼ੁਰਗ ਵਿਅਕਤੀ ਨੂੰ ਗੱਲਾਂ ਦੇ ਵਿੱਚ ਲਾਇਆ ਪਹਿਲਾਂ, ਉਸ ਤੋਂ ਬਾਅਦ ਦੇ ਵਿੱਚ ਦੋ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ 3 ਨੌਜਵਾਨ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਅਤੇ 2 ਨੌਜਵਾਨ ਦੁਕਾਨ ਦੇ ਅੰਦਰ ਆਉਂਦੇ ਨੇ ਅਤੇ 1 ਬਾਈਕ ਦੇ ਉੱਤੇ ਬਾਹਰ ਹੀ ਖੜਾ ਰਹਿੰਦਾ। ਜੋ ਨੌਜਵਾਨ ਦੋਵੇਂ ਅੰਦਰ ਆਉਂਦੇ ਨੇ ਉਹਨਾਂ ਦੇ ਵੱਲੋਂ ਕੁਝ ਸਮਾਨ ਇਸ ਬਜ਼ੁਰਗ ਦੇ ਕੋਲੋਂ ਮੰਗਿਆ ਜਾਂਦਾ, ਪਰ ਜਿਵੇਂ ਹੀ ਬਜ਼ੁਰਗ ਰੇਟ ਬਣਾ ਕੇ ਇਹਨਾਂ ਨੂੰ ਪਰਚੀ ਦਿੰਦਾ ਪੈਸੇ ਦੇਣ ਦੇ ਲਈ, ਤਾਂ ਉਹਨਾਂ ਦੇ ਵੱਲੋਂ ਕੁਝ ਹੋਰ ਡਿਮਾਂਡ ਕਰ ਦਿੱਤੀ ਜਾਂਦੀ ਹੈ। ਪਰ ਜਿਵੇਂ ਹੀ ਬਜ਼ੁਰਗ ਉਹਨਾਂ ਦੀ ਡਿਮਾਂਡ ਨੂੰ ਪੂਰਾ ਕਰਨ ਲੱਗਦਾ ਤਾਂ 1 ਬਜ਼ੁਰਗ ਦੇ ਪਿੱਛੇ ਜਾ ਕੇ ਖੜਾ ਹੋ ਜਾਂਦਾ ਅਤੇ 1 ਅੱਗੇ। ਇਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਗੱਲੇ ਦੇ ਵਿੱਚ ਹੱਥ ਮਾਰਿਆ ਜਾਂਦਾ ਅਤੇ ਬੜੀ ਸਫਾਈ ਦੇ ਨਾਲ 50,000 ਰੁਪਏ ਦੇ ਉੱਤੇ ਹੱਥ ਸਾਫ਼ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 2 ਨੌਜਵਾਨ 1 ਬਜ਼ੁਰਗ ਦੇ ਨਾਲ ਬੈਠੇ ਨਜ਼ਰ ਆ ਰਹੇ ਨੇ। ਹਾਲਾਂਕਿ ਬਜ਼ੁਰਗ ਦੇ ਵੱਲੋਂ ਉਹਨਾਂ ਨੂੰ ਕੁਝ ਸਮਾਨ ਵੀ ਦਿੱਤਾ ਜਾ ਰਿਹਾ, ਪਰ ਜਿਵੇਂ ਹੀ ਬਜ਼ੁਰਗ ਕੁਰਸੀ 'ਤੇ ਬੈਠਦਾ ਤਾਂ 1 ਨੌਜਵਾਨ ਉਹਨਾਂ ਦੇ ਅੱਗੇ ਆ ਕੇ ਖੜਾ ਹੋ ਜਾਂਦਾ। ਹਾਲਾਂਕਿ ਉਸਦਾ 1 ਹੱਥ ਕਿਹਾ ਜਾ ਰਿਹਾ ਕਿ ਗੱਲੇ ਦੇ ਵਿੱਚ ਸੀ ਅਤੇ ਉਸਨੇ ਉੱਥੋਂ ਤੀ ਨੋਟ ਚੁੱਕੇ ਅਤੇ ਆਪਣੀ ਜੇਬ ਦੇ ਵਿੱਚ ਪਾ ਲਏ ਅਤੇ ਇਸ ਵਾਰਦਾਤ ਨੂੰ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਬਜ਼ੁਰਗ ਨੂੰ ਇਸ ਘਟਨਾ ਦੇ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਸਨੇ ਗੱਲੇ ਦੇ ਵਿੱਚ ਨਕਦੀ ਨਾ ਦੇਖੀ, ਤਾਂ ਉਸ ਤੋਂ ਬਾਅਦ ਦੇ ਵਿੱਚ ਉਸਨੇ ਜਦੋਂ CCTV ਚੈੱਕ ਕੀਤੇ ਤਾਂ ਉਸ ਦੇ ਵਿੱਚ ਸਾਰਾ ਇਹ ਖੁਲਾਸਾ ਹੋਇਆ ਤਾਂ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੱਲ ਸਰ ਕਸਟਮਰ ਆਏ 3 ਮੋਟਰਸਾਈਕਲ ਤੇ, ਨੌਜਵਾਨ ਮੁੰਡੇ ਸੀਗੇ ਤੇ 1 ਬਾਈਕ ਤੇ ਬੈਠਾ, 2 ਅੰਦਰ ਆਏ ਸਰ। ਉਹ ਸਮਾਨ ਦੀ ਸੈਨਿਟਰੀ ਸਮਾਨ ਦੀ ਮੰਗ ਕਰਨ ਲੱਗੇ ਤੇ ਇੰਨੇ ਨੂੰ ਫਾਦਰ ਸਾਹਿਬ ਨੇ ਜੋ ਸਮਾਨ ਮੰਗਦੇ ਉਹਨੂੰ ਦਿੱਤਾ ਤੇ ਜੋ ਸਮਾਨ ਦੀ ਪੇਮੈਂਟ ਬਣਦੀ ਸੀ ਫਾਦਰ ਸਾਹਿਬ ਕੱਟਣ ਲੱਗੇ। ਇੰਨੇ ਨੂੰ ਜੋ ਉਹਨੇ ਸਮਾਨ ਕੱਟ ਕੇ ਪੇਮੈਂਟ ਦਿੱਤੀ ਤਾਂ ਦੁਬਾਰ 'ਚ ਫਿਰ ਸੈਨਿਟਰੀ ਸਮਾਨ ਦੀ ਹੋਰ ਮੰਗ ਕਰਨ ਲੱਗੇ। ਇੰਨੇ ਨੂੰ ਉਹਨਾਂ ਨੇ ਦੇਖਿਆ ਗੱਲੇ ਵਿੱਚ ਪੇਮੈਂਟ ਪਈ ਆ ਤੇ ਫਾਦਰ ਸਾਹਿਬ ਦੇ ਮੂਹਰੇ ਹੋ ਗਏ, 1 ਜਣਾ ਪਿੱਛੇ ਹੋ ਗਿਆ ਤੇ 1 ਜਣਾ ਉਹਦੇ ਮੂਹਰੇ, ਫਾਦਰ ਸਾਹਿਬ ਦੇ ਮੂਹਰੇ ਹੋ ਗਏ। ਇੰਨੇ ਉਹਨਾਂ ਗੱਲਾਂ ਖੋਲ ਕੇ ਜਿੰਨੀ ਵੀ ਪੇਮੈਂਟ ਪਈ ਸੀਗੀ ਸਾਰੀ 50,000 ਉਹ ਚੱਕ ਕੇ ਆਪਣੀ ਜੇਬ ਦੀ ਪਾਊਟ 'ਚ ਪਾ ਲਏ, ਪੈਂਟ ਦੀ ਜੇਬ 'ਚ ਖੱਬੇ। ਕੁਛ ਉਹਨਾਂ ਕੋਲ ਹਥਿਆਰ ਵਗੈਰਾ ਵੀ ਸੀ? ਨਹੀਂ ਸਰ, ਇੱਦਾਂ ਦਾ ਕੁਛ ਤਾਂ ਹੈ ਨਹੀਂ ਸੀਗਾ। ਬਾਪੂ ਜੀ ਨੂੰ ਪਤਾ ਨਹੀਂ ਲੱਗਿਆ? ਬਾਪੂ ਜੀ ਨੂੰ ਪੂਰਾ ਪਤਾ ਨਹੀਂ ਲੱਗਿਆ ਜੀ, ਉਹਨਾਂ ਬਜ਼ੁਰਗਾਂ ਨੂੰ ਅਲਝਾਏ ਲਿਆ ਉਹਨਾਂ ਨੇ ਇਸ ਤਰ੍ਹਾਂ। ਕੈਮਰੇ ਚ ਵੀ ਨੀ ਆ ਰਿਹਾ ਜੀ। ਪਹਿਲਾਂ ਕੈਮਰੇ ਦੇਖਿਆ ਵੀ ਇੱਧਰ ਗੇੜਾ ਮਾਰ ਗਏ? ਨਹੀਂ ਸਰ, ਕਦੇ ਨੀ ਹੋਇਆ, ਪਹਿਲੀ ਵਾਰ ਦੇਖੇ ਸੀਗੇ। ਪੁਲਿਸ ਨੇ ਕੰਪਲੇਂਟ ਕੀਤੀ? ਹਾਂਜੀ ਸਰ, FIR ਕਰਵਾਤੀ ਸੀ। ਰਾ ਕੀ ਚਾਹੁੰਦੇ ਕੀ ਸਰ? ਇਹ ਇਨਸਾਫ ਚਾਹੁੰਦੇ, ਜੋ ਸਾਡੀ ਪੇਮੈਂਟ ਕੀ ਆ ਉਹ ਵਾਪਸ ਮਿਲ ਜਾਵੇ। ਮੰਨ ਵੀ ਕਰ ਰਿਹਾ ਤੇ ਹੋਰ ਕੀ ਕਹਿਣਾ ਚਾਹੁੰਦੇ ਸੀ? ਉਹਨੇ ਵੀ ਤੁਸੀਂ ਦੇਖਿਆ ਤੁਹਾਡੀ ਅੱਖਾਂ 'ਚ ਪਾਣੀ ਵੀ ਆ ਰਿਹਾ ਸੀ। ਬਸ ਕੀ ਕਹਿਣਾ, ਬਸ ਇਹੀ ਹੈ ਜੀ, ਅੱਗੇ ਤੇ ਕੀ ਕਹੀਏ। ਸਰ ਮੈਂ ਕਾਰਖਾਨਾ ਗਿਆ ਸੀਗਾ ਪੇਮੈਂਟ ਲੈਣ। ਪਤਾ ਗੱਲ ਕੀ ਹੈ ਜੀ, ਇੱਥੇ 3 ਜਣੇ ਆਏ ਜੀ ਬਾਹਰ ਪਹਿਲਾਂ,
ਉਹਨਾਂ ਚੋਂ ਇੱਕ ਅੰਦਰ ਆ ਗਿਆ ਜੀ, ਅੰਦਰ ਆ ਸਮਾਨ ਲੈਣ ਲੱਗ ਗਿਆ ਜੀ, ਸਮਾਨ ਲੈ ਕੇ ਮੈਂ ਉਹਨੂੰ ਸਮਾਨ ਦੇ ਦਿੱਤਾ ਜੀ, ਉਹਨੇ ਮੈਨੂੰ 500 ਦਾ ਨੋਟ ਦਿੱਤਾ ਜੀ, 500 ਦਾ ਨੋਟ ਦੇ ਕੇ ਚੱਲ ਮੈਂ ਉਹਨੂੰ ਕਹਿੰਦਾ ਦੋ ਰੋਲ ਦੇ ਦੇ, ਮੈਂ ਉਹ ਰੋਲ ਦੇ ਤੇ ਜੀ, ਤੇਜ਼ ਰੋਲ ਦੇ ਤੇ, ਕਹਿੰਦਾ ਮੈਨੂੰ ਇਹਦਾ ਨਾ ਦੇਖ ਕੇ ਜਿਵੇਂ ਉਹਨਾਂ ਦੀ ਸਿਆਸਤ ਹੁੰਦੀ ਆ, ਇੱਥੋਂ ਆ ਸਮਾਨ ਇੱਥੋਂ ਆਪਸ ਵਾਲੇ ਆਏ ਆ ਗਏ, ਉਹਨੂੰ ਜਾਂਦਾ ਉਹਨੂੰ 500 ਦਾ ਨੋਟ ਦਿੱਤਾ, ਉਹਨੇ ਮੈਂ ਉਹਨਾਂ ਨੂੰ ਮੋੜ ਲਿਆ ਸੀ ਪੈਸੇ ਜੀ, ਦੋ ਸੌ ਰੁਪਈਆ ਮੋੜਤਾ ਜੀ, 300 ਨੂੰ ਮੋੜਤਾ, ਉਹਨੇ ਦੇਖਿਆ ਕਹਿੰਦਾ ਉਹਨੇ ਗੱਲੇ 'ਚ ਪੈਸੇ ਪਏ ਸੀ, ਗੱਲਾਂ ਪਈਆਂ ਮੈਂ ਖੋਲ ਜਾ ਦੇਣੀ ਸੀ ਜੀ ਟੁੱਟੇ ਹੋਏ ਪੈਸੇ, ਉਹ ਸਾਲੇ ਕਹਿੰਦੇ ਮੈਨੂੰ ਆ ਵੀ ਦੇ, ਮੈਂ ਉਹਨੂੰ ਧੱਕਾ ਵੀ ਮਾਰਿਆ ਜੀ, ਐਂ ਵੀ ਮੈਂ ਤੂੰ ਗੱਲੇ 'ਤੇ ਕਿਉਂ ਆਈ ਜਾਂਦਾ, ਉਹ ਕਿਤੇ ਗੱਲਾਂ ਖੁੱਲ੍ਹਾ ਜੀ ਪੈਸੇ ਹੱਥ ਲੈ ਗਏ ਜੀ ਚੱਕ ਕੇ ਬਸ, ਆਹ ਗੱਲ ਬਾਤ ਦੋ ਤਿੰਨ ਘੰਟੇ ਬਾਅਦ ਇਹ ਆਇਆ, ਮੈਂ ਕਹਿੰਦਾ ਪੈਸੇ, ਮੈਂ ਪੈਸੇ ਤਾਂ ਇੱਥੇ ਹੀ ਨੇ, ਮੈਨੂੰ ਤਾਂ ਪਤਾ ਵੀ ਕਾਕੇ ਤੈਨੂੰ ਪਤਾ, ਬਸ ਫਿਰ ਆਹ ਹੈ ਤਿੰਨ ਜਾਣੇ ਜੀ, ਪਹਿਲਾਂ ਤਾਂ ਇੱਕ ਵਾਰੀ ਮੈਨੂੰ ਤਾਂ ਲੱਗਿਆ ਵੀ ਇੱਕ ਵਾਰੀ ਬੰਦਾ ਆਇਆ ਸੀ ਜਿਹਨੇ ਉਹ ਕੀਤੀ ਜੀ, ਪਹਿਲਾਂ ਵੀ ਸਮਾਂ ਹਾਂਜੀ ਹਾਂਜੀ, ਨਸ਼ਾ ਤਾਂ ਪਤਾ ਨੀ ਉਹ ਕੰਬਦਾ ਸੀ ਜੀ, ਨਾ ਨਾ ਖੁੱਲੇ ਤੇ ਜੀ, ਵੀਡੀਓ ਪਾਈ, ਕੋਈ ਨਾਮ ਦੱਸਿਆ ਕਿਸੇ ਨੇ ਆਪਣਾ ਦੂਜਾ ਨਾਮ ਦਿੱਤਾ ਕੋਈ, ਨਾ ਕਿਸੇ ਨੇ ਨਾਮ ਨਹੀਂ ਦੱਸਿਆ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਬਈ ਇਹੀ ਕਹਿਣਾ ਵੀ ਜੀ ਚਲੋ ਜੇ ਪਤਾ ਲੱਗ ਗਿਆ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ, ਹੋਰ ਤਾਂ ਕੀ ਹੈ। ਘੁਟਾਲਾ ਨਾ ਜੇ ਐਸ ਸਮਿੰਟ ਸਟੋਰ ਦੀ ਇੱਕ ਦੁਕਾਨ ਹੈਗੀ, ਉੱਥੇ ਸ਼ਾਮ ਦੇ ਟਾਈਮ ਕੋਈ 6 ਵਜੇ ਦੇ ਕਰੀਬ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ, ਡਿਸਕਵਰ ਮੋਟਰਸਾਈਕਲ ਤੇ, ਦੋ ਅੰਦਰ ਵੜ ਗਏ ਤੇ ਇੱਕ ਬਾਹਰ ਮੋਟਰਸਾਈਕਲ ਤੇ ਖੜਾ ਰਿਹਾ, ਤੇ ਉਹ ਆ ਕੇ ਉਸ ਸਮਾਨ ਖਰੀਦਣ ਲੱਗੇ, ਉਹਨਾਂ ਨੇ ਸਮਾਨ ਖਰੀਦ ਕੀਤਾ, ਖਰੀਦ ਕਰਨ ਤੋਂ ਬਾਅਦ ਉਹ ਜਿਹੜਾ ਸਮਾਨ ਸੀਗਾ ਉਹਦੇ ਪੈਸੇ ਵੀ ਦਿੱਤੇ, ਉਹ ਬੰਦੇ ਉੱਥੇ ਜਦੋਂ ਪੈਸੇ ਦੇਣ ਲੱਗੇ ਉਹ ਬਜ਼ੁਰਗ ਸੀਗਾ 73 ਸਾਲ ਦਾ ਜਸਵੰਤ ਸਿੰਘ, ਉਹਨੇ ਜਦੋਂ ਪੈਸੇ ਡਿੱਗੇ ਆਪਣੇ ਦਰਾਜ ਖੋਲਿਆ, ਦਰਾਜ ਖੋਲ ਕੇ ਪੈਸੇ ਦੇਣ ਲੱਗੇ, ਉਹ ਬੰਦੇ ਉਹਨੂੰ ਮਤਲਬ ਝਕਾਨੀ ਦੇ ਕੇ ਕੋਈ ਹੋਰ ਚੀਜ਼ ਚੱਕਣ ਲੱਗ ਗਏ, ਤੇ ਨਾਲ ਦੀ ਨਾਲ ਉਹਨਾਂ ਦੇ ਕੁਛ ਪੈਸੇ ਨੇ ਜਿਹੜੇ ਜੋ 50,000 ਰੁਪਏ ਦੱਸ ਰਹੇ ਨੇ ਲੈ ਕੇ ਚਲੇ ਗਏ ਚੋਰੀ ਕਰਕੇ। ਜਿਹੜੀ ਉਹ ਪੇਮੈਂਟ ਸੀ ਉਹਨਾਂ ਨੇ ਦੱਸੀ ਵੀ ਕਾਹਦੇ ਵਾਸਤੇ ਰੱਖੀ ਸੀ? ਉਹ ਕਹਿੰਦੇ ਸਾਡੀ ਸੇਲ ਸੀਗੀ, ਅਸੀਂ ਪੈਸੇ ਇਕੱਠੇ ਕਰਦੇ ਹਾਂ ਵੀ ਸਾਡੀ ਸੇਲ ਹੋ ਜਾਂਦੀ ਹੈ, ਜੋ ਵੀ ਅਸੀਂ ਸਮਿੰਟ ਵਗੈਰਾ ਵੇਚਦੇ ਹਾਂ। ਜੋ ਮੋਟਰਸਾਈਕਲ ਤੇ ਆਏ ਸੀਗੇ ਤੇ ਬਜ਼ੁਰਗ ਬੰਦਾ ਹੋਣ ਕਰਕੇ ਉਹਨੂੰ ਚਕਾਨੀ ਦੇ ਕੇ ਪੈਸੇ ਚੋਰੀ ਕਰਕੇ ਲੈ ਗਏ। ਉਹਦੇ ਵਿੱਚ ਤਾਂ ਇਹ ਹੈ ਵੀ ਉਹ ਸੌਦਾ ਲੈਣ ਆਏ ਸੀ, ਕੋਈ ਉਹਨਾਂ ਨੇ ਦੇਖੇ ਵੀ ਜਦੋਂ ਦਰਾਜ ਖੋਲਿਆ ਉਹਦੇ ਵਿੱਚ ਪੈਸੇ ਪਏ ਸੀ, ਉਹ ਉਹਨਾਂ ਦੀ ਨੀਤ ਬਦਨੀਤ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਚਲੋ ਚੋਰੀ ਕਰਕੇ ਲੈ ਜਾਂਦੇ। ਨਾ ਕੋਈ ਹਥਿਆਰ ਵਗੈਰਾ ਨਹੀਂ ਸੀ, ਨਾ ਕੋਈ ਧਮਕੀ ਨਹੀਂ ਦਿੱਤੀ, ਬੜੇ ਪਿਆਰ ਨਾਲ ਸਦਾ ਹਿਸਾਬ ਕਿਤਾਬ ਕਰਕੇ ਖਰੀਦੋ ਫਰੋਖਤ ਕਰਕੇ ਬਕਾਇਆ ਲੈ ਕੇ ਗਏ ਨੇ, ਮੁਕਦਮਾ ਦਰਜ ਹੋ ਗਿਆ ਜੀ। ਜਲਦੀ ਹੈ, ਬੰਦੇ ਆਈਡੈਂਟੀਫਾਈ ਹੋ ਜਾਣਗੇ ਕਿਉਂਕਿ ਉਹਨਾਂ ਦੇ ਨਕਾਬ ਨਹੀਂ ਪਾਏ ਹੋਏ ਸੀ।